जी आर लाइव फाजिलका में आप सभी का स्वागत है। जी आर लाइव फाजिलका लेकर आया आपके लिए। आज फाजिलका के हिंदू जागरण मंच ने दिया डीसी मैडम को ज्ञापन। फाजिलका में जो 22 तारीख को अयोध्या में प्राण प्रतिष्ठा हो रही है, उसके दौरान जो फाजिलका में सभी मंदिरों में कार्यक्रम हो रहे हैं, उसकी सुरक्षा व्यवस्था के लिए दिया गया ज्ञापन। फाजिलका से गौरव रासरानिया, बने रहे हमारे साथ, देखते रहे हमारा चैनल जी आर लाइव फाजिलका। ਅੱਜ ਅਸੀਂ ਹਿੰਦੂ ਜਾਗਰਣ ਮੰਚ ਵੱਲੋਂ ਸਾਡੇ ਫਾਜ਼ਿਲਕਾ ਦੇ ਦਰਨੀਆਂ ਡੀਸੀ ਮੈਮ ਨੂੰ ਮਿਲਣ ਆਏ ਸੀ। ਉਹਨਾਂ ਨੂੰ ਅਸੀਂ ਇੱਕ ਮੰਗ ਪੱਤਰ ਦੇਣ ਆਏ ਸੀ ਜੋ 22 ਜਨਵਰੀ ਨੂੰ ਅਯੋਧਿਆ ਸਾਡੇ ਪ੍ਰਭੂ ਸ਼੍ਰੀ ਰਾਮ ਲੀਲਾ ਜੀ ਆ ਰਹੇ ਨੇ, ਉਹਨਾਂ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ। ਤਾਂ ਫਾਜ਼ਿਲਕਾ ਦੇ ਅਲੱਗ ਅਲੱਗ ਏਰੀਏ ਜੋ ਸਾਡੇ 56 ਮੰਦਰ ਹੈ ਉਹਦੇ 'ਚ ਸੁਰੱਖਿਆ ਵਿਵਸਥਾ ਵੀ ਦੇਖਣੀ ਹੈ। ਉਸ ਉਪਲਕਸ਼ ਦੇ ਵਿੱਚ ਅਸੀਂ ਡੀਸੀ ਮੈਮ ਨੂੰ ਮਿਲੇ ਹਾਂ ਔਰ ਡੀਸੀ ਮੈਮ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਪੂਰੀ ਸਿਕਿਉਰਟੀ ਰਹੇਗੀ ਔਰ ਸਵੱਛਤਾ ਨੂੰ ਲੈ ਕੇ ਵੀ ਅਸੀਂ ਗੱਲਬਾਤ ਕੀਤੀ ਹੈ ਔਰ ਮੈਮ ਨੇ ਸਾਨੂੰ ਪੂਰਾ ਵਿਸ਼ਵਾਸ ਦਿਆ ਵੀ ਤੁਹਾਡੀ ਸਿਕਿਉਰਟੀ ਵੀ ਰਹੇਗੀ, ਅਸੀਂ ਖੁਦ ਵੀ ਪਹੁੰਚਾਂਗੇ ਔਰ ਸਵੱਛਤਾ ਵੀ ਪੂਰਾ ਧਿਆਨ ਰੱਖਿਆ ਜਾਏ।